ไอ้แต่สักหน้ากี้กันนะผมว่าเราਲੋ ਦੋਸਤੋ ਮੀਏ ਗਵਾੜ ਦਾ ਕਬੂਤਰ ਗਿਰ ਗਿਆ ਕਿੰਨੇ ਪੈਸੇ ਵੀਰੇ ਲਾਹੌਰ 32 ਚੌਕ 5 ਨੰਬਰ ਸਟਾਫ ਤੇ ਯਾਰ ਕੋਈ ਜਾਣਦਾ ਨਹੀਂ ਸ਼ੇੜਾ ਕੋਟ ਮੀਆ ਗਵਾੜ ਤੂੰ ਮੈਂ ਬਹੁਤ ਪਿਆਰ ਕਰ ਲਿਆ ਉਹਨਾਂ ਕਹੇ ਉਹ ਲੈਣ ਦੇ ਨਾਲ ਗੱਲ ਕਰ ਕਿੰਨੇ ਪੈਸੇ ਕਹਿੰਦਾ ਪਿਆ ਮੈਂ ਤਾਂ ਗੱਲ ਕਰਾਂ ਕਿੰਨੇ ਪੈਸੇ ਕਹਿ ਰਿਹਾ ਮੀਆ ਗਵਾੜ ਕਿੰਨੇ ਮੂੰਹ ਨਾਲ ਬੋਲ ਪਿਆ ਤੂੰ 5000 ਰੁਪਇਆ ਮੈਨੂੰ ਤਾਂ 3000 ਕਿਹਾ ਉਹਨਾਂ ਨੇ ਮੈਨੂੰ 5 ਨਹੀਂ ਉਹਨੂੰ ਕਹਿ ਕੀ ਗੱਲ 2000 ਵੱਧ ਗਿਆ ਕੱਤਾ ਪਾਲ ਕਰਾਂ ਗੱਲ ਕਰਾਂ ਫਿਰ 4-7000 ਆ ਜੀ ਹਾਂਜੀ ਅੱਜ ਇਹਨੂੰ ਕਹਿ ਸਲਵਾਰ ਕਰਦੇ ਅੱਛਾ ਅੱਛਾ 5000 ਦਾ ਤੁਸੀਂ ਕਸੂਰੋ ਲੈ ਕੇ ਜਾਈਏ ਸਾਡੇ ਕੋਲ ਫ੍ਰੀ ਲੈ ਜਿਓ 5 ਉਹਨੂੰ ਕਹਿ 5000 ਦਾ ਕਸੂਰੋ ਲੈ ਕੇ ਆਈਏ ਕੀ ਨਵੀਂ ਕਹਾਣੀ ਆ ਗਈ ਫਿਲਮ ਕੋਈ ਸਹੀ ਹੋ ਗਿਆ ਸਾਦ ਕਮਾਲ ਹੁੰਦਾ ਤੇ ਤੂੰ ਉਵੇਂ ਦੇ ਦੇਣੀ ਸੀ ਤੂੰ ਸ਼ੌਕ ਵਾਲਾ ਬੰਦਾ ਨਹੀਂ ਹੈਗਾ ਇੱਕ ਤੇ ਤੁਹਾਨੂੰ ਉਹਨੇ ਫੋਨ ਕੀਤਾ ਉਹ ਤੋਂ ਤੁਸੀਂ ਉਹਨੂੰ ਗੱਲਾਂ ਕਰਦੇ ਪਏ ਜੀ ਹਾਂ ਇੱਕ ਤੇ ਫੋਨ ਕਰਦਾ ਸਾਦ ਜੀ ਤੇ ਦੂਜਾ ਗੱਲਾਂ ਕਰਦਾ ਪਿਆ ਉਹਨੂੰ ਆਇਆ ਤੂੰ ਚਿੜੀ ਮਾਰ ਜੇ ਅਸੀਂ ਆਪ ਚਿੜੀ ਮਾਰ ਸਹੀ ਹੋ ਗਿਆ ਚਿੜੀ ਮਾਰਾਂ ਕਬੂਤਰ ਚਿੜੀ ਮਾਰਾਂ ਹੱਥ ਚੜਦਾ ਸਹੀ ਹੋ ਗਿਆ ਪੈਸੇ 10 ਰੁਪਏ ਯਾਰ ਸਹੀ ਗੱਲ ਕਰ 500 ਰੁਪਇਆ ਦੇ ਦਈਏ ਖੋਤਾ ਹੀ ਖੂਹ ਸਰਦਾ ਹੀ ਉਹਨੇ 5000 ਕਿਹਾ ਤਾਂ ਤੂੰ 500 ਰੁਪਏ ਸਿੱਧਾ ਹੀ ਕੁਛ ਖੁਦਾ ਦਾ ਮਾਫ ਕਰ ਲੈ 500 ਰੁਪਇਆ ਦੇ ਦਈਏ ਭਰਾ ਨੂੰ ਨਹੀਂ ਤੈਨੂੰ ਜੋੜੇ ਪਾ ਲੈ ਬੜੀ ਖੁਦਰੀ ਹੋਰ ਫਿਰ ਐਵੇਂ ਦੱਸਦਾ ਤੇਰੇ ਘਰ ਦਾ ਬਿੱਲ ਤਾਰ ਦਈਏ ਯਾਰ ਮੈਂ ਤੇ ਕਹਿੰਦਾ ਮੀਆਂ ਬਿੱਲ ਕੋਈ ਆਏ 30000 ਮੈਂ 10 ਮੈਂ ਤੇਰਾ ਤਾਰ ਦੇਣਾ ਯਾਰ ਵੀ ਦੇਖ ਤੇ ਤੇਰੇ ਨਾਲ ਆ ਰਹੀ ਹੈ ਆ ਆ ਭਲਾ ਕੀ ਕਰ ਇੱਧਰ ਉਹਨੂੰ ਨਾ ਜੋੜੇ ਲਾ ਲੈ ਬੜੇ ਚੰਗੇ ਬੱਚੇ ਉਡਾਵੇਗੀ ਤੇਰੇ ਕੋਲ ਨਸਲ ਬਣ ਜਾਏਗੀ ਨਸਲ ਬਣ ਜਾਏਗੀ ਤੇਰੇ ਕੋਲ ਸਲੇਟੇ ਤੇਰੇ ਕੋਲ ਨਹੀਂ ਹੋਣੇ ਇੰਨੀ ਦੂਰ ਡਿੱਗੀ ਜਾ ਕੇ ਬਗੈਰਤ ਨਸਲ ਦੀ ਇੰਨੀ ਦੂਰ ਆਹੋ ਇੰਨੀ ਦੂਰ ਜਾ ਕੇ ਹੀ ਡਿੱਗੀ ਹੈ ਬਾਈ ਹੱਦ ਡਿੱਗੀ ਹਾਂਜੀ ਹਾਂਜੀ ਠੀਕ ਹੋ ਗਿਆ ਲੈ ਸਪੋਰਟ ਦੇ ਯਾਰ ਅੱਲਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਲੈਣ ਕੀ ਕਰੇ ਕੋਈ ਗੱਲ ਨਹੀਂ ਤਾਬਿਆਦਾਰ ਅਸੀਂ ਭਰਾ ਨੂੰ ਫ੍ਰੀ ਦਿਆਂਗੇ ਫ੍ਰੀ ਦਿਆਂਗੇ ਹੁਣ ਕਹਿੰਦਾ ਸਿੱਕੋ ਬੜਾਦਰੀ ਦੇ ਆ ਚਿੜੀ ਮਾਰ ਅੱਛਾ ਅੱਛਾ ਉਹ ਚਲੋ ਕੋਈ ਨਹੀਂ ਵਾਧਾ ਘਾਟਾ ਹੋ ਜਾਂਦਾ ਹੁੰਦਾ ਚਿਮ ਕੈਂਡੋ ਕੀ ਕਹਿੰਦਾ ਕੱਢ ਕੇ ਹੱਸਦਾ ਮੈਂ ਤੇਰੇ ਘਰ ਦਾ ਬਿੱਲ ਤਾਰ ਦਿਆਂ ਮੈਂ ਕੁਛ 30000 ਦਾ ਦੇ ਦਈ ਕੋਈ ਨਹੀਂ ਹੱਸਣ ਲੱਗ ਪਿਆ ਮੈਂ ਯਾਰ ਅਸੀਂ ਚਿੜੀ ਮਾਰ ਗਏ ਕਹਿੰਦਾ ਅਸੀਂ ਵੀ ਚਿੜੀ ਮਾਰ ਪਹਿਲਾਂ ਕਹਿੰਦਾ ਅਸੀਂ ਸ਼ੌਕ ਕਰਨ ਲੱਗਾ ਕਹਿੰਦਾ ਅਸੀਂ ਵੀ ਚਿੜੀ ਮਾਰ ਮੀਆਂ ਗਵਾਰ ਤੇਰੀ ਘੋਗੀ ਨੇ ਬੜਾ ਲੰਬਾ ਸਫ਼ਰ ਕੀਤਾ ਉਹ 32 ਚੌਕ ਜਾ ਕੇ ਡਿੱਗੀ ਆ ਲਾਹੌਰ ਛੇੜਾ ਕੋਟ ਚਾਰੋਂ ਕਾ ਫੋਨ ਆ ਗਿਆ ਉਨਮੇ ਸੇ ਇੱਕ ਪੱਠੀ ਹੈ ਜੋ ਹਮਨੇ ਲੈ ਕੇ ਆਨੀ ਹੈ ਠੀਕ ਹੈ ਬਾਕੀ 3 ਹਮਨੇ ਨਹੀਂ ਲੈ ਕੇ ਆਨੇ ਨਾ ਬਾਕੀ 3 ਜਿਹੜੇ ਨੇ ਨਾ ਅਸੀਂ ਜੋੜਿਆ ਚੱਲ ਉਹਨਾਂ ਦੇ ਨਸੀਬਾਂ ਚ ਕਰੇ ਉਹ ਨਹੀਂ ਲਿਆਣੇ ਇੱਕ ਪੱਟੀ ਜ਼ਰੂਰ ਲਿਆ ਇੱਕ ਲੈ ਗਿਆ ਨਹੀਂ ਉਹ ਵੀ ਚੰਗੇ ਨੇ ਬਾਹਰ ਹਲ ਦੂਰ ਬੜੀ ਨੇ ਮੀਆਂ ਦਾ ਸਫ਼ਰ ਕੌਣ ਕਰੇ ਝੱਖੜ ਚ ਲਿਆ ਹਾਂਜੀ ਝੱਖੜ ਆਵਾਜ਼ ਆ ਰਹੀ ਆ ਝੱਖੜ ਲੈ ਗਿਆ ਕਬੂਤਰ ਖਿੱਚ ਕੇ ਇੰਨੀ ਦੂਰ ਜਾ ਡਿੱਗੇ ਨੇ ਯਾਰ ਵੇ ਸਾਰੇ ਗਏ ਆਈ ਨੂੰ ਹੀ ਹੂੰ ਮੈਂ ਤਾਂ ਦੱਸ ਸਰ ਝੱਖੜ ਗਿਆ ਇਹਨੂੰ ਲੱਗ ਗਿਆ ਕਬੂਤਰ ਖਿੱਚ ਕੇ ਚਾਰਾਂ ਦਾ ਫੋਨ ਆ ਗਿਆ ਬਾਕੀ ਨਾ ਮੀਆਂ ਗੱਲ ਪਤਾ 2-3-4 ਚਾਰ ਕਬੂਤਰ ਅੱਜ ਡਿੱਗ ਪੈਣੇ ਮੀਆਂ ਚਾਰ ਕਬੂਤਰ ਕੱਢ ਗਏ ਹਾਂ ਕੋਈ ਨਹੀਂ ਅੱਲਾ ਹੈਰ ਕਰੇ ਦਾ ਜੀ ਸੱਚ ਜਾਂਦੇ ਰਹਿੰਦੇ ਨੇ ਫਿਰ ਉਹ ਯਾਰ ਗੱਲ ਪਤਾ ਕੀ ਆ ਮੀਆਂ ਆਪਣਾ ਅੱਜ ਨਾ ਚੱਲਿਆ ਝੱਖੜ ਤੇ ਝੱਖੜ ਜਿਹੜਾ ਇਹਨੂੰ ਗਿਆ ਭਾ ਬੜਾ ਪਹਿਲਾਂ ਚੁੱਕ ਕੇ ਕਬੂਤਰ ਨੂੰ ਲੈ ਗਿਆ ਉੱਥੋਂ ਝੱਖੜ ਚ ਲੈ ਗਿਆ ਮੈਂ ਤੈਨੂੰ ਕੀ ਕਹਿ ਲੈ ਗਿਆ ਤੇ ਸਾਹਮਣੇ 6-7 ਆਏ ਨੇ
ਫੇਰ ਡੁੱਬ ਗਿਆ ਬਹੁਤ ਜਿਹੜੇ ਵਿੱਚ ਬੈਠੇ ਵੀ ਨਹੀਂ ਗਏ ਯਾਰ ਜਿਹੜੇ ਬਹੁਤੇ ਖੋਚਲ ਤੇ ਪੁਰਾਣੇ ਬਹਿ ਗਏ ਪੁਰਾਣੇ ਬਹਿ ਗਏ ਠੀਕ ਹੈ ਪੁਰਾਣੇ ਕਬੂਤਰ ਬੈਠੇ ਹੀ ਦੇਖੋ ਉਹਨਾਂ ਨੇ ਮਾਸ਼ਾਅੱਲਾ ਕਦੀ ਇੱਕ ਪੱਠੀ ਨਵੀਂ ਬੈਠੀ ਹੈ ਅਫਲਾ ਤੋਂ ਬਾਕੀ ਨਾ ਅਫਲਾ ਤੋਂ ਪੱਠੀ ਇੱਕ ਨਵੀਂ ਬੈਠੀ ਹੈ ਆਪਣੀ ਆਓ ਪੱਚਾ ਖਿੱਚਿਆ ਮਾਸ਼ਾਅੱਲਾ ਬੜਾ ਖਿੱਚਿਆ ਉਹ ਬੜੀ ਚੰਗੀ ਮਾਸ਼ਾਅੱਲਾ ਬੈਠੀ ਯਾਰ ਉਹ ਸਹੀ ਬੈਠੀ ਕੋਈ ਨਹੀਂ ਬਾਕੀ ਜਿਹੜਾ ਨਾ ਅੱਲਾ ਹੈਰ ਕਰੇ ਦਾ ਕੋਈ ਮਸਲਾ ਨਹੀਂ ਹੈਗਾ ਸਾਧ ਇੱਕ ਕਬੂਤਰ ਆਪਣਾ ਉੱਤੇ ਗਿਆ ਦੁਆ ਕਰੋ ਬਾਈ ਯਾਰ ਹੁਣ ਦੇ ਵਾਸਤੇ ਮੈਂ ਬੈਠਾ ਇੰਤਜ਼ਾਰ ਚ ਕਿ ਆ ਜਾਵੇ ਹਾਂ ਇਨਸ਼ਾਅੱਲਾ ਤਾਲਾ ਕਿਉਂਕਿ ਵੇਖ ਲੈ ਸਾਧ ਕਰ ਰਹਿੰਦਾ ਫੋਨ ਮੈਂ ਤੇ ਲੋਕ ਨੂੰ ਜਾਣ ਦੀ ਤਿਆਰੀ ਕਰਦਾ ਪਿਆ ਸਾਧੀ ਕਸਮੇ ਉਹਦਾ ਫੋਨ ਆ ਗਿਆ ਮੈਂ 1 ਮਿੰਟ ਵੀ ਨਹੀਂ ਰੁਕਣਾ ਅਸਲ ਮੈਂ ਲੋਡ ਪਹੁੰਚ ਜਾਣਾ ਸੀ ਅੱਲਾ ਪਾਣੀ ਬੜੀ ਗੱਲ ਯਾਰ ਯਾਰ ਬੜੇ ਪੈਸੇ ਮੰਗਦੇ ਸਾਰ ਕਬੂਤਰ ਫੜ ਲੈਣ ਲੋਕ ਤੇ ਬੜੇ ਪੈਸੇ ਮੰਗਦੇ ਹੀ ਕਬੂਤਰਾਂ ਦੇ ਪੈਸਿਆਂ ਨਾਲ ਤੁਹਾਡਾ ਕੋਈ ਚੁੱਲ੍ਹਾ ਨੀ ਚੱਲ ਜਾਣਾ ਜਾਂ ਕੋਈ ਰੋਜ਼ ਦਾ ਜਾਂ ਮਹੀਨੇ ਦਾ 1,000-500 ਰੁਪਿਆ ਲੈ ਕੇ ਕਿਸੇ ਗਰੀਬ ਆਦਮੀ ਦਾ ਅਮੀਰ ਆਦਮੀ ਦਾ ਸਭ ਦਾ ਸ਼ੌਕ ਹੋ ਜਾਂਦਾ ਮੈਨੂੰ ਪਤਾ ਜਿਹੜੇ ਦੇ ਦਿੰਦਾ ਤੂੰ ਉਧਾਰ ਹੀ ਲੈ ਲਵੀ ਕਿੰਨੇ ਦੇ ਦਿੱਤੇ ਸੱਤ ਅੱਠ ਦੇ ਦਿੱਤੇ ਫੜ ਕੇ ਦੇ ਦਿੱਤੇ ਨੇ ਮੁੱਲ ਕਿੰਨੇ ਕਿੰਨੇ ਦਾ ਮੈਂ ਦਿੱਤਾ ਕਿੰਨੇ ਕਿੰਨੇ ਦਾ ਨਹੀਂ 3,000 ਦਾ ਕਿਸੇ ਨੂੰ ਨੀ ਦਿੱਤਾ ਯਾਰ ਜਿੰਦਾ ਫੜਿਆ ਦਿੱਤਾ ਗੱਲ ਇਹ ਜਿੰਦਾ ਫੜਿਆ ਹੁੰਦਾ ਦਿੱਤਾ ਚੱਲ ਪਤਾ ਕੀ ਏ ਹੁਣ ਰਾਸ਼ਦ ਨੂੰ ਕਿੰਨੇ ਪੈਸੇ ਵੱਟ ਲਏ ਤੇ ਕਿੰਨੇ ਪੈਸੇ ਵੱਟ ਲਏ ਤੇ ਮੈਂ ਹਾਂਜੀ 30-35,000 ਵੱਟ ਲਏ ਠੀਕ ਏ ਉਹਨੇ ਚ 5,000 ਰੁਪਏ ਚ ਕੋਗੀ ਵਾਲੇ ਨੂੰ ਦੇ ਕੇ ਤਾਂ ਕੋਗੀ ਲਾਇਆ ਤੇ ਉਹ ਜਿਹੜੇ ਪਿੱਛੋਂ ਨਿਕਲੇ ਬੱਚੇ ਉਹਨਾਂ ਨੂੰ ਸੜ ਦਈਏ ਫੇਰ ਆਂਡੇ ਦਿੱਤੀ ਬੈਠੇ ਬੱਚੇ ਡੱਡ ਹੋਏ ਪੈਣੇ ਗੱਲ ਹੈਗੀ ਯਾਰ ਤੂੰ ਇਹ ਵੀ ਦੇਖ ਨਾ ਸਫ਼ਰ ਜ਼ਿਆਦਾ ਕਿੰਨਾ ਕਰਕੇ ਗਈ ਉਹ ਝੱਖੜ ਜਾ ਲੱਗਿਆ ਉਹਦੇ ਉਹਦਾ ਵਿਚਾਰੀ ਦਾ ਕੀ ਗੁਨਾਹ 32 ਚੌਂਕ ਕਬੂਤਰ ਵੇ ਕਿੱਥੇ ਜਾ ਡਿੱਗ ਯਾਰ ਅੱਜ ਉੱਥੇ ਤੰਬਲ ਨਹੀਂ ਤੰਬਲ ਦੇ ਤੋਂ ਇਲਾਵਾ ਬੈਠੇ ਨੇ ਕਬੂਤਰ ਮੂੰਹ ਖੋਲਦੇ ਪੈਰ ਕਿਵੇਂ ਖੋਲਦੇ ਪੈਰ ਐਵੇਂ ਗੱਲ ਤੇ ਅੱਜ ਪਹਿਲਾ ਦਿਨ ਉਹਨਾਂ ਨੇ ਵੇਖਿਆ ਧੁੱਪ ਪਹਿਲੇ ਦਿਨ ਵੇਖੀ ਅੱਗੇ ਠੰਡੇ ਮੌਸਮ ਚ ਉੱਡਦੇ ਸਾਰੇ ਬਾਕੀ ਮੀਆਂ ਗਫਾਰ ਉਹਨਾਂ ਜਾਣ ਵਾਲੀ ਮਾਦੀ ਨਹੀਂ ਸੀ ਹੈਗੀ ਚੱਕਣ ਲੈ ਗਿਆ ਕੋਈ ਨੀ ਫਿਰ ਵਾਧਾ ਘਟਾ ਨਾਲ ਨਾ ਲੀਆਂ ਮੀਆਂ ਕੋਈ ਨੀ ਲੱਗੀ ਵੇ ਡਿੱਗੀ ਤੇ ਜਾ ਕੇ ਨਵੇਂ ਸ਼ਾਮ ਸ਼ਾਮੀ 5 ਵਜੇ ਜਾ ਕੇ ਡਿੱਗੀ ਏ ਵੈਸੇ ਐ ਨਹੀਂ ਗਾ ਕਿ ਸਵੇਰੇ ਜਾ ਡਿੱਗੀ ਏ ਹਾਂ ਟਾਈਮ ਨਾਲ ਡਿੱਗੀ ਜਾ ਕੇ ਚਲੋ ਬਹਰਹਾਲ ਕੋਈ ਨੀ ਮੀਆਂ ਵਾਧਾ ਕਿਸੇ ਹੋਰ ਛੱਡ ਲਾਂਗੇ ਆਪਾਂ ਉਹ ਹੈਗਾ ਜਿਹੜਾ ਬੱਚਾ ਖਿੱਚਿਆ ਸੀ ਹਾਂ ਆਪਾਂ ਨੂੰ ਨਹੀਂ ਟੈਨਸ਼ਨ ਵੱਡਾ ਕਬੂਤਰ ਹੈਗਾ ਉੱਤੇ ਉਹ ਰੋਟੀ ਪੈ ਗਈ ਠੀਕ ਹੋ ਗਿਆ ਜਨਾਬ ਓਕੇ ਹੋ ਗਿਆ ਜੀ ਲੋ ਦੋਸਤੋ ਠੀਕ ਹੋ ਗਿਆ ਅੱਲਾ ਬਿਹਤਰੀ ਕਰੇ ਤਾਂ ਇਨਸ਼ਾਅੱਲਾ ਜੀ ਲੋ ਦੋਸਤੋ ਤੁਸੀਂ ਵੀ ਦੁਆ ਕਰੋ ਦੁਆ ਕਰਨੀ ਜੀ ਸਾਡਾ ਕਬੂਤਰ ਬੈਠ ਜੇ ਲੋ ਦੋਸਤੋ ਇਹ ਥੀ ਵੀਡੀਓ ਅੱਜ ਕੀ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਕੋ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਮਾੜੀ ਵੀਡੀਓ ਆਪਕੋ ਬਾਸਾਨੀ ਮਿਲ ਸਕੇ ਫਿਰ ਆਦੋ ਤੇ ਨਈ ਵੀਡੀਓ ਕੇ ਸਾਥ ਤਬ ਤੱਕ ਲਈ ਜਾਦੇ ਅੱਲਾ ਹਾਫਿਜ਼ ਜੀ।